कबीर मन शीतल भया। कबीर मन शीतल जो जन वहाया
पर अपने जो जन बहाया नानक आका मन शीतलाया मन शीतल भया नाम ध्याए महा सुख पाया मन शीतल भया नाम ध्याए महा सुख पाया हर गुण गाए हर गुण गाए मेरा मन शीतलाया कबीर मन शीतल भया पाया ब्रह्म ज्ञान केडा मन दी अवस्था नूं सोझी देन वाला एक विचार है बाबा कबीर जी दा। कह लगे मन नूं शीतलता मिली है ठंडक मिली है जलन बुझ गई क्यों क्योंकि ब्रह्म ज्ञान प्राप्त होया है। आखिर वो ब्रह्म ज्ञान की है जिस नाल जगत जलंदा रखिया जा सकता है। ब्रह्म ज्ञान का अखरी अर्थ तो यह है ना ब्रह्म दे गुणा नूं उन्दे सुभा नूं जान लेना। हालांकि तेरे गुण बहुते मैं एक ना जाने गल तो मुश्किल है पर ब्रह्म दे गुणा नूं जानन लई उपराला तहिया करना उन्हां राहां ते तुरना एहो ही ब्रह्म ज्ञान दी निशानी है। सतगुरु ने बाणी विच आख्या कहन लगे जब देखा तब गावा जदों प्रभु दे गुणा नूं देखिया तां ही उस दे गुण गाए जब देखा तब गावा तो जन धीरज पावा। की देखिया सवाल है की देखिया ब्रह्म दे गुणा विच्चों। कहन लगे ब्रह्म दे सुभाव विच धीरज दा वड्डा गुण है। धीरज दा अखरी अर्थ है विशालता ठरम्मा जरन शक्ति ए उसका वड्डा गुण है। लोग उसका दित्ता खा के मुकर जाते उसका हुक्म नहीं मनना चाहते उसकी होंद नूं ही चैलेंज करते हैं। सतगुरु बाणी विच आख्या तुम देवो सब कुछ दयाधार हम अकिरत कनारे तेरा दिता खा के तेन जानते ही नहीं। तुम देवो सब कुछ दयाधार हम अकिरत कनारे लाग परे तेरे दान स्यों तेरिया दितिया हुई दाता नाल ता सने करने उन्दे नाल ता संबंध रखने पर तेरे नाल संबंध नहीं जोड़ना चाहते। लाग परे तेरे दान स्यों ने चित खसमारे पर तू तो गुस्सा ही नहीं करता तेन गुस्सा ही नहीं आता हालांकि तू शक्तिवान है समर्थ है। पर केडी अजीब गल है तू किसे ते नाराज ही नहीं होता कदी ये सोचता ही नहीं भी ये मेरी दित्तियां हुई दातां नूं खा के मेरे तो मुनकर है। एहो ही तेरी महानता है तू देखे हो मुकर पाओ तू देखना है कि मैं मुकर रहा तेरिया दातां लैके तू देखे हो मुकर पाओ तेरे काम ना तेरे नाए देखे सुने
ਹਦੂਰ ਸਾਧ ਘੱਟ ਘੱਟ ਬ੍ਰਹਮ ਰਵਿੰਦੇ ਸਭ ਕੁਝ ਦੇਖ ਰਿਹਾ ਉਹਦੇ ਕੋਲੋਂ ਮੇਰੇ ਜੀਵਨ ਦਾ ਹਰ ਪਲ ਕੋਈ ਛੁਪਿਆ ਹੋਇਆ ਨਹੀਂ ਪਰ ਕਿੱਡਾ ਵਿਸ਼ਾਲ ਦਿਲ ਹੈ ਅਕਿਰਤ ਘਨਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਣ ਉਹ ਅਕਿਰਤ ਘਨਾ ਨੂੰ ਨਾ ਜਾਣਨ ਵਾਲਿਆਂ ਨੂੰ ਵੀ ਪਾਲ ਰਿਹਾ ਸਭ ਨੂੰ ਰੋਜ਼ੀ ਦੇ ਰਿਹਾ ਸੰਭਾਲ ਰਿਹਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲ ਤੂੰ ਫਿਰ ਵੀ ਦਿਆਲ ਅਸੀਂ ਤੇਰੀ ਕੀਤੀਆਂ ਰਹਿਮਤਾਂ ਨੂੰ ਜਾਣਦੇ ਨਹੀਂ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਪਰ ਫਿਰ ਵੀ ਤੁਮ ਸਦਾ ਸਦਾ ਦਿਆਲਾ ਸ਼ੀਤਲ ਸ਼ਾਂਤ ਸੁਖ ਹਰ ਚਰਨੀ ਜਲਦੀ ਅਗਨ ਨਿਵਾਰੇ ਜਲਦੀ ਹੋਈ ਅਗਨ ਵਿੱਚੋਂ ਤੂੰ ਮੈਨੂੰ ਬਚਾ ਲੈਣਾ ਹੈ। ਬਾਬਾ ਕਬੀਰ ਜੀ ਦਾ ਇੱਕ ਹੋਰ ਸ਼ਬਦ ਹੈ ਕਹਿਣ ਲੱਗੇ ਜੇ ਭਾਵਕ ਸੁਰ ਨਰ ਹੈ ਜਾਰੇ। ਇਸ ਕਬੀਰ ਜੀ ਦੇ ਸਲੋਕ ਵਿੱਚ ਵੀ ਇਹੋ ਗੱਲ ਹੈ ਕਿ ਜਿਸ ਅੱਗ ਨੇ ਸੰਸਾਰ ਦੇ ਹਰ ਮਨੁੱਖ ਨੂੰ ਜਲਾ ਛੱਡਿਆ ਜੇ ਜਵਾਲਾ ਜਗ ਜਾ ਰਿਹਾ ਸਾਰੇ ਸੰਸਾਰ ਨੂੰ ਜਲਾਇਆ ਇਸ ਤ੍ਰਿਸ਼ਨਾ ਦੀ ਅੱਗ ਨੇ। ਪਰ ਕਹਿਣ ਲੱਗੇ ਸੋ ਜਣ ਕੈ ਉਦਕ ਸਮਾਨ ਜਿਹੜਾ ਤੇਰਾ ਬਣ ਜਾਂਦਾ ਉਹਦੇ ਸਾਹਮਣੇ ਤਾਂ ਇਹ ਜਵਾਲਾ ਅੱਗ ਵੀ ਪਾਣੀ ਬਣ ਜਾਂਦੀ ਹੈ। ਸੋ ਜਣ ਕੈ ਉਦਕ ਸਮਾਨ ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਦੂਜੇ ਸ਼ਬਦ ਵਿੱਚ ਆਖੀ ਕਹਿਣ ਲੱਗੇ ਜੈ ਭਾਵਕ ਸੁਰ ਨਰ ਹੈ ਜਾਰੇ ਆਰਾਮ ਉਦਕ ਜਣ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ ਮਾਹੀ। ਜਿਹੜਾ ਸੰਸਾਰ ਭਵ ਸਾਗਰ ਸੀ ਉਹ ਹੁਣ ਸੁਖ ਸਾਗਰ ਬਣ ਗਿਆ ਜਣ ਵਾਸਤੇ ਤੇਰੇ ਨਾਲ ਜੁੜੇ ਹੋਏ ਮਨੁੱਖ ਵਾਸਤੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁਟਤ ਨਾਹੀ। ਕਹਿਣ ਲੱਗੇ ਕਹਿ ਕਬੀਰ ਭਜ ਸਾਰੰਗ ਪਾਣੀ ਆਰਾਮ ਉਦਕ ਮੇਰੀ ਤਿਖਾ ਬੁਝਾਣੀ ਆਰਾਮ ਉਦਕ ਮੇਰੀ ਤਿਖਾ ਬੁਝਾਣੀ। ਬਸ ਉਦੋਂ ਜਦੋਂ ਬ੍ਰਹਮ ਦੇ ਸੁਭਾਅ ਦਾ ਗਿਆਨ ਹੋ ਗਿਆ ਤਾਂ ਬ੍ਰਹਮ ਗਿਆਨੀ ਵੀ ਸ਼ੀਤਲ ਸੁਭਾਅ ਹੋ ਜਾਂਦਾ। ਇਹ ਉਹ ਕਹਿੰਦਾ ਕਿ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ ਕਿਉਂਕਿ ਬ੍ਰਹਮ ਗਿਆਨੀ ਜਦੋਂ ਬ੍ਰਹਮ ਦੇ ਸੁਭਾਅ ਦਾ ਗਿਆਨ ਗੁਣਾਂ ਦਾ ਗਿਆਨ ਜਾਣ ਲੈਂਦਾ ਤਾਂ ਉਹ ਸੁਭਾਅ ਆਪ ਵੀ ਅਪਣਾਉਂਦਾ। ਇਸੇ ਲਈ ਉਸਨੂੰ ਬ੍ਰਹਮ ਗਿਆਨੀ ਆ ਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਧੀਰਜ ਏਕ। ਉਹ ਵੀ ਵੱਡੇ ਧੀਰਜ ਵਾਲਾ ਵੱਡੀ ਸਹਿਣਸ਼ੀਲਤਾ ਵਾਲਾ ਵੱਡੀ ਵਿਸ਼ਾਲਤਾ ਵਾਲਾ ਵੱਡੇ ਦਿਲ ਵਾਲਾ ਹੋ ਜਾਂਦਾ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੁਧਾ ਕੋਉ ਖੋਦੈ ਕੋਈ ਚੰਦਨ ਲੇਪ। ਧਰਤੀ ਨੂੰ ਕੋਈ ਕਈਆਂ ਨਾਲ ਖੋਦੀ ਜਾਏ ਤੇ ਭਾਵੇਂ ਉਹਦੇ ਤੇ ਚੰਦਨ ਦਾ ਲੇਪ ਕਰੀ ਜਾਏ ਉਹਦੇ ਸੁਭਾਅ ਵਿੱਚ ਕਿਸੇ ਦੀ ਰੱਖਿਆ ਕਰਨੀ ਕਿਸੇ ਲਈ ਰੋਜ਼ੀ ਦੇਣਾ ਰੋਜ਼ੀ ਪੈਦਾ ਕਰਨਾ ਇਹ ਸੁਭਾਅ ਉਹ ਨਹੀਂ ਛੱਡਦੀ। ਬਲਕਿ ਮੈਂ ਤਾਂ ਇੱਕ ਵਾਰ ਅਰਜ਼ ਕੀਤੀ ਸੀ ਧਰਤੀ ਨੂੰ ਮਾਂ ਕਿਉਂ ਆਖਦੇ ਨੇ ਕਿਉਂਕਿ ਮਾਂ ਬੱਚੇ ਦੀ ਪ੍ਰਤਿਪਾਲਨ ਵੀ ਕਰਦੀ ਹੈ ਤੇ ਮਾਂ ਬੱਚੇ ਨੂੰ ਆਪਣੀ ਗੋਦ ਵਿੱਚ ਸੰਭਾਲ ਕੇ ਵੀ ਰੱਖਦੀ ਹੈ ਤੇ ਧਰਤੀ ਦੀ ਵੀ ਇਹੋ ਆਦਤ ਹੈ। ਜੀਵ ਦੀ ਸਾਰੀ ਜ਼ਿੰਦਗੀ ਪਾਲਣਾ ਕਰਦੀ ਹੈ ਮਾਂ ਵਾਂਗੂ ਹਰ ਤਰ੍ਹਾਂ ਦੇ ਭੋਜਨ ਉਹਦੇ ਲਈ ਪੈਦਾ ਕਰਦੀ ਹੈ ਤੇ ਜੇ ਉਹਦੀ ਸਰੀਰਕ ਤੌਰ ਤੇ ਮੌਤ ਵੀ ਹੋ ਜਾਏ ਦੁਨੀਆਂ ਦੇ ਲੋਕ ਉਹਨੂੰ ਘਰੋਂ ਕੱਢਦੇ ਨੇ ਤੇ ਮਾਂ ਰੂਪ ਧਰਤੀ ਆਖਦੀ ਹੈ ਹੁਣ ਵੀ ਮੇਰੇ ਹਵਾਲੇ ਕਰ ਦਿਓ ਮੈਂ ਆਪਣੀ ਗੋਦ ਵਿੱਚ ਉਹਨੂੰ ਸੰਭਾਲ ਲਵਾਂਗੀ ਕਿਉਂਕਿ ਮਾਂ ਜੋ ਹੋਈ ਵਿਸ਼ਾਲਤਾ ਵੱਡੇ ਦਿਲ ਵਾਲੀ। ਇਸੇ ਲਈ ਗੁਰੂ ਨੇ ਆਖਿਆ ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਣਾਓ ਨਾਨਕ ਜਿਉਂ ਭਾਵਕ ਕਾ ਸਹਿਜ ਸੁਭਾਅ। ਬ੍ਰਹਮ ਗਿਆਨ ਦੀ ਅਵਸਥਾ ਵਿੱਚੋਂ ਬ੍ਰਹਮ ਵਰਗਾ ਧੀਰਜ ਬ੍ਰਹਮ ਵਰਗੀ ਵਿਸ਼ਾਲਤਾ ਬ੍ਰਹਮ ਵਰਗੀ ਸ਼ੀਤਲਤਾ ਮਿਲਦੀ ਹੈ। ਕਦੇ ਗੁੱਸਾ ਕ੍ਰੋਧ ਆਉਂਦਾ ਹੀ ਨਹੀਂ ਜਿਵੇਂ ਬ੍ਰਹਮ ਨੂੰ ਨਹੀਂ ਆਉਂਦਾ ਸਾਡੇ ਗੁਣਾਂ ਨੂੰ ਦੇਖ ਕੇ ਵੀ ਸਾਨੂੰ ਬਖਸ਼ ਦਿੰਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਮਨ ਵੀ ਸ਼ੀਤਲ ਹੋ ਜਾਂਦਾ। ਇਹੋ ਹੀ ਗੱਲ ਬਾਬਾ ਕਬੀਰ ਜੀ ਨੇ ਅੱਜ ਦੇ ਸਲੋਕ ਵਿੱਚ ਆਖੀ ਤੇ ਕਹਿਣ ਲੱਗੀ।
कबीर मन शीतल भया, कबीर मन शीतल भया, कबीर मन शीतल भया, पाया ब्रह्म ठाडे दरबार मैं तेरे दर ते क्यों आया, धर्मा दे ठाडे दरबार तुझ मन सुरत करे को मेरी दर्शन दी जाए खोल किवार। ते अगली लाइन में आखते ने तुम धन धनी उदार त्यागी, तू धनी भी है ते उदार चित भी है, दाता देना ते कदी हिसाब नहीं मंगता, कदी तू बिल नहीं भेजिया, बस तेरी विशालता तेरा वड्डा गुण है। यो गल बाबा कबीर जी ने आखी ते कहन लगी तुम धन धनी उदार त्यागी सर्वन सुनियत सुजस तुमार, बस मैं कन्ना नाल तेरा ए जस तेरिया ए सिफतां तेरे ए गुण सुने ने, बस इसलिए तेरे दरबार ते पूजिया। इन्हां शब्दां नाल फिमादा जाचे खां फतेह बुलाओ, वाहिगुरु जी का खालसा वाहिगुरु जी की फतेह।